ਸਤਿ ਸ਼੍ਰੀ ਅਕਾਲ ਜੀ ਮੈਂ ਹਾ ਹਰਜੋਤ ਕੌਰ ਤੁਸੀਂ ਵੇਖ ਰਹੇ ਹੋ ਪ੍ਰੋਗਰਾਮ ਖਬਰ ਪੜਤਾਲ ਸਾਡੇ ਨਾਲ ਜੁੜੇ ਹੋਏ ਨੇ ਸੀਨੀਅਰ ਪੱਤਰਕਾਰ ਸੁਰਿੰਦਰ ਡੱਲਾ ਜੀ ਬਹੁਤ ਬਹੁਤ ਸਵਾਗਤ ਹੈ ਡੱਲਾ ਜੀ ਸਤਿ ਸ਼੍ਰੀ ਅਕਾਲ ਸਤਿ ਸ਼੍ਰੀ ਅਕਾਲ ਹਰਜੋਤ ਜੀ ਬਹੁਤ ਬਹੁਤ ਧੰਨਵਾਦ ਤੁਹਾਡਾ ਵੀ ਔਰ ਦੁਨੀਆ ਭਰ ਦੇ ਪੰਜਾਬੀਆਂ ਦਾ ਹੀ ਬਹੁਤ-ਬਹੁਤ ਧੰਨਵਾਦ ਹਜੋ ਜੀ। ਸੋ ਡੱਲਾ ਜੀ ਮੈਂ ਜ਼ਰੂਰ ਚਾਹਾਂਗੀ ਕਿ ਅੱਜ ਪ੍ਰੋਗਰਾਮ ਦੇ ਵਿੱਚ ਆਪਾਂ ਉਹ ਸਾਰੀਆਂ ਖਬਰਾਂ ਜ਼ਰੂਰ ਸਾਂਝੀਆਂ ਕਰੀਏ ਪੂਰੀ ਜਾਣਕਾਰੀ ਦੇ ਨਾਲ ਜੋ ਕਿ ਪੰਜਾਬ ਦੀ ਸਿਆਸਤ ਦੇ ਨਾਲ ਜੁੜੀਆਂ ਹੋਈਆਂ ਨੇ ਕਿਉਂਕਿ ਅਸੀਂ ਵੇਖ ਰਿਹਾ ਪਲ-ਪਲ ਜੋ ਹੈ ਪੰਜਾਬ ਦੀ ਸਿਆਸਤ ਬਦਲਦੀ ਜ਼ਰੂਰ ਨਜ਼ਰ ਆ ਰਹੀ ਹੈ 2024 ਤੋਂ ਪਹਿਲਾਂ ਹੁਣ ਜੋ ਸਰਗਰਮੀਆਂ ਚੱਲ ਰਹੀਆਂ ਨੇ ਉਸ ਨੂੰ ਵੇਖਦੇ ਹੋਇਆ ਮੌਜੂਦਾ ਸਥਿਤੀ ਕੀ ਖਾਸ ਰਿਹਾ ਸਿਆਸਤ ਦੇ ਵਿੱਚ ਕੀ ਹੁਣ ਸੁਰਖੀਆਂ ਚੱਲ ਰਹੀਆਂ ਨੇ ਜ਼ਰੂਰ ਪੂਰੀ ਜਾਣਕਾਰੀ ਦੇ ਨਾਲ ਖਬਰਾਂ ਸਾਂਝੀ ਕਰਿਓ। ਹਰਜੋਜੀ ਬਹੁਤ ਵੱਡਾ ਇੱਕ ਨਵਾਂ ਰੌਲਾ ਪੰਜਾਬ 'ਚ ਪੈ ਗਿਆ ਆਮ ਆਦਮੀ ਪਾਰਟੀ ਨੇ ਕੱਲ ਪ੍ਰੈਸ ਕਾਨਫਰੰਸ ਕੀਤੀ ਜਿਹੜੇ ਉਹਨਾਂ ਦੇ ਬੁਲਾਰੇ ਨੇ ਉਹਨਾਂ ਵੱਲੋਂ ਇਹ ਪ੍ਰੈਸ ਕਾਨਫਰੰਸ ਕੀਤੀ ਗਈ ਮਲਵਿੰਦਰ ਸਿੰਘ ਕੰਗ ਉਹਨਾਂ ਨੇ ਸਪਸ਼ਟ ਤੌਰ ਤੇ ਕਿਹਾ ਕਿ ਸਰਕਾਰ ਨੇ ਤਾਂ ਨੋਟਿਸ ਵੀ ਜਾਰੀ ਕਰਤੇ 90 ਸਾਬ ਕਾ ਵਿਧਾਇਕਾਂ ਨੂੰ ਹੁਣ ਇਲਜ਼ਾਮ ਕੀ ਲੱਗਿਆ ਸਟicker ਵਰਤਦੇ ਨੇ ਇਹ ਐਮਐਲਏ ਅਸਲ 'ਚ ਵਿਧਾਨ ਸਭਾ ਵੱਲੋਂ ਸਟicker ਐਮਐਲਏ ਦੇ ਜਾਰੀ ਕੀਤੇ ਜਾਂਦੇ ਨੇ ਜਿਹਦੇ ਤਹਿਤ ਉਹਨਾਂ ਦਾ ਉਹਨਾਂ ਦਾ ਟੋਲ ਟੈਕਸ ਮਾਫ ਹੁੰਦਾ ਹੈ ਉਹਨਾਂ ਦੀ ਗੱਡੀ ਦਾ ਹੁਣ ਕੱਲ ਮਲਵਿੰਦਰ ਸਿੰਘ ਕੰਗ ਉਹਨਾਂ ਨੇ ਪ੍ਰੈਸ ਕਾਨਫਰੰਸ ਵੀ ਕੀਤੀ ਉਹ ਕਹਿੰਦੇ ਜ ਵੱਡੇ ਵੱਡੇ ਨਾਮ ਨੇ ਉਹਨਾਂ ਨੇ ਤਾਂ ਅਕਾਲੀ ਸਰਕਾਰ ਵੇਲੇ ਦੇ ਡਿਪਟੀ ਮੁੱਖ ਮੰਤਰੀ ਦਾ ਨਾਮ ਲੈਤਾ ਇੱਕ ਮੰਤਰੀ ਦਾ ਨਾਮ ਲੈਤਾ ਔਰ ਇੱਕ ਸਾਬਕਾ ਕਾਂਗਰਸੀ ਮੁੱਖ ਮੰਤਰੀ ਦਾ ਨਾਮ ਲੈਤਾ ਤਿੰਨ ਵੱਡੇ ਵੱਡੇ ਲੀਡਰਾਂ ਦੇ ਉਹਨਾਂ ਨੇ ਸਿੱਧੇ ਤੌਰ ਤੇ ਨਾਮ ਲੈਤੇ ਸੁਖਵੀਰ ਬਾਦਲ ਦਾ ਚਰਨਜੀਤ ਚੰਨੀ ਦਾ ਔਰ ਵਿਕਰਮਜੀਠੀ ਦਾ ਔਰ ਕਹਿੰਦੇ 90 ਤੇ ਕਰੀਬ ਕੁੱਲ ਐਮਐਲਏ ਨੇ ਕਾਂਗਰਸ ਤੇ ਅਕਾਲੀ ਦਲ ਦੇ ਪੁਰਾਣੇ ਅਕਾਲੀ ਦਲ ਵੱਲੋਂ ਡਿਨਾਇਲ ਆ ਗਿਆ ਸੁਖਬੀਰ ਚਰਨਜੀਤ ਚੰਨੀ ਔਰ ਬਿਕਰਮ ਮਜੀਠੀਆ ਉਹਨਾਂ ਵੱਲੋਂ ਡਰਾਇਲ ਆ ਗਿਆ ਉਹ ਕਹਿੰਦੇ ਸਰਕਾਰ ਡਿਨਾਇਲ ਆ ਗਿਆ ਉਹ ਕਹਿੰਦੇ ਸਰਕਾਰ ਧਿਆਨ ਪਟਕਾਉਣ ਲਈ ਇਸ ਤਰੀਕੇ ਦੇ ਇਲਜ਼ਾਮ ਨੇ ਜਿਹੜੇ ਆਪ ਵੱਲੋਂ ਲਾਏ ਜਾ ਰਹੇ ਨੇ ਵੀ ਧਿਆਨ ਪਟਕਾਇਆ ਜਾ ਰਿਹਾ ਹੁਣ ਆਮ ਆਦਮੀ ਪਾਰਟੀ ਦੇ ਜਿਹੜੇ ਬੁਲਾਰੇ ਸੀ ਉਹ ਕਹਿੰਦੇ ਕਿ ਇਹਦੇ ਨਾਲ ਇਹਨਾਂ ਨੂੰ ਜਦੋਂ ਐਮਐਲਏ ਨਹੀਂ ਰਹੇ ਤੇ ਉਹ ਸਟicker ਵਾਪਸ ਮੋੜਨੇ ਚਾਹੀਦੇ ਸੀ ਚੰਨੀ ਹੋ ਗਏ ਸੁਖਵੀਰ ਬਾਦਲ ਹੋ ਗਏ ਬਕਰਮ ਜੀਠੀਆ ਉਹ ਕਹਿੰਦੇ ਅਸੀਂ ਤਾਂ ਗੱਡੀਆਂ ਤੇ ਸਟicker ਲਾਏ ਹੀ ਨਹੀਂ ਅਸੀਂ ਤਾਂ ਇਹਨਾਂ ਨੂੰ ਵਰਤਦੇ ਨਹੀਂ ਉਹਨਾਂ ਵੱਲੋਂ ਇਸ ਤਰੀਕੇ ਦੀ ਜਿਹੜੀ ਗੱਲ ਹੈ ਉਹ ਸਾਹਮਣੇ ਆਈ ਹੈ ਸੋ ਹੁਣ ਨੋਟਿਸ ਜਾਰੀ ਕੀਤੇ ਗਏ ਨੇ ਨੋਟਿਸ ਜਾਰੀ ਹੋਣ ਤੋਂ ਬਾਅਦ ਕੀ ਇਹ ਵਿਧਾਇਕ ਸਟicker ਮੋੜਨਗੇ ਵਾਪਸ ਜਾਂ ਇਹ ਕਹਿ ਦੇਣਗੇ ਵੀ ਸਾਡੇ ਕੋਲੇ ਤਾਂ ਸਟicker ਹੈ ਹੀ ਨਹੀਂ ਭਾਈ ਫਟ ਫਟ ਗਏ ਸੀ ਗੱਡੀ ਧੋਂਦੇ ਹੋਏ ਕਈ ਵਾਰੀ ਸਟicker ਗਿੱਲੇ ਹੋ ਗਏ ਤੇ ਮੁੜ ਕੇ ਲਾਤੇ ਜਦੋਂ ਅਸੀਂ ਐਮਐਲ ਨਹੀਂ ਰਹੇ ਤੇ ਸਟicker ਕੀ ਕਰਨੇ ਆ ਪਰ ਇਹ ਬੜੀ ਦਿਲਚਸਪ ਗੱਲ ਰਹੇਗੀ ਕਿ ਕੀ ਸੱਚਮੁੱਚ ਇਹ ਧਿਆਨ ਭਟਕਾਉਣ ਦੇ ਲਈ ਇਲਜ਼ਾਮ ਆਏ ਨੇ ਵਿਰੋਧੀਆਂ ਤੇ ਵੀ ਤੁਸੀਂ ਸਟicker ਵਰਤੀ ਜਾਂਦੇ ਹੋ ਮੈਨੂੰ ਲੱਗਦਾ ਆਉਂਦੇ ਦਿਨਾਂ ਚ ਸਟicker ਘਟਾਲਾ ਨਾ ਬਣ ਜੇ ਸੋ ਕਿਤੇ ਸਟicker ਘਟਾਲੇ ਦਾ ਰੂਪ ਨਾ ਹੀ ਲੈ ਜੇ ਕਿਤੇ ਸਰਕਾਰ ਕਢਾ ਲੇ ਕਿ ਇਹਨਾਂ ਸਟickerਾਂ ਤੇ ਕਿੰਨੇ ਕਿੰਨੇ ਟੋਲ ਟੈਕਸ ਤੇ ਕਿੰਨੀ ਵਾਰੀ ਗੱਡੀਆਂ ਗਈਆਂ ਤੇ ਕਿੰਨਾ ਕੁ ਪੈਸਾ ਸੀ ਜਿਹੜਾ ਇਹ ਸਾਬਕਾ 90 ਵਿਧਾਇਕਾਂ ਨੇ ਦੇਣਾ ਬਣਦਾ ਸੀ ਅਗਰ ਉਹਨਾਂ ਨੇ ਵਰਤੇ ਤਾਂ ਅਗਰ ਉਹਨਾਂ ਨੇ ਕਾਨੂੰਨੀ ਤੌਰ ਤੇ ਵਰਤੇ ਨੇ ਫਿਰ ਗੱਲ ਵੱਖਰੀ ਹੈ ਪਰੇ ਘਟਾਲੇ ਦਾ ਰੂਪ ਨਾ ਕਿਤੇ ਲੈ ਜੇ ਹਰਜੋਜੀ ਮੈਨੂੰ ਇਸ ਗੱਲ ਦਾ ਵੀ ਡਰ ਲੱਗਦਾ ਕਿਉਂਕਿ ਸਾਡੀ ਸਿਆਸਤ ਹੈ ਜਿਹੜੀ ਮੁਲਕ ਦੀ ਉਹ ਬੜੀ ਵੱਖਰੀ ਤਰ੍ਹਾਂ ਦੀ ਹੁੰਦੀ ਹੈ ਸੋ ਮੈਨੂੰ ਲੱਗਦਾ ਟੈਕਨੋਲੋਜੀ ਦੇ ਆਧਾਰ ਤੇ ਕੰਮ ਕਰਨਾ ਚਾਹੀਦਾ ਹੈ ਸਰਕਾਰ ਨੂੰ ਸਰਕਾਰ ਨੂੰ ਐਪ ਡਿਵੈਲਪ ਕਰ ਲੈਣੀ ਚਾਹੀਦੀ ਹੈ ਜਿੰਨੇ ਐਮਐਲਏ ਆ ਜਦੋਂ ਐਮਐਲਏ ਨਾ ਰਹਿਣ ਪਿੱਛੋਂ ਹੀ ਪਿੱਛੋਂ ਹੀ ਐਪ ਦੇ ਵਿੱਚੋਂ ਹੀ ਡਿਲੀਟ ਮਾਰ ਦੇਓ ਸਟੀਕਰ ਤਾਂ ਕਿ ਟੋਲ ਤੋਂ ਉਹ ਨਿਕਲ ਹੀ ਨਾ ਸਕਣ ਸੋ ਸਰਕਾਰ ਨੂੰ ਇਸ ਪਾਸੇ ਹੋਰ ਸੋਚਣ ਦੀ ਲੋੜ ਹੈ ਖੈਰ ਮੇਰਾ ਕਿਸੇ ਤੇ ਇਲਜ਼ਾਮ ਨਹੀਂ ਇਹ ਤਾਂ ਆਉਂਦੇ ਦਿਨਾਂ 'ਚ ਪਤਾ ਲੱਗੂਗਾ ਸੱਚ ਕੀ ਐ ਸਰਕਾਰ ਸੱਚੀ ਐ ਜਾਂ ਵਿਰੋਧੀ ਧਿਰਾਂ ਵਾਲੇ ਸੱਚੇ ਨੇ ਕਿਉਂਕਿ ਸਾਡੇ ਇੱਥੇ ਸੱਚ ਦਾ ਪਤਾ ਕਰਨਾ ਵੀ ਕੌਣ ਸੱਚਾ ਐ ਇਹ ਵੀ ਔਖਾ ਕੰਮ ਐ ਜ਼ਿਲ੍ਹਾ ਬਰਨਾਲਾ ਹਰਜੋਤ ਜੀ ਪਿੰਡ ਹੈ ਸਹਣਾ ਇਲਾਕਾ ਕਾਫੀ ਵੱਡਾ ਹੁਣ ਉੱਥੇ ਜਿਹੜਾ ਇਹ 2-3 ਦਿਨਾਂ ਦਾ ਮੀਡੀਆ ਦੇ ਵਿੱਚ ਵਾਇਰਲ ਐ ਜਿਹੜਾ ਲਫੇੜਾ ਸ਼ਬਦ ਵਰਤਿਆ ਗਿਆ ਉਹ ਕਿਸ ਰੂਪ 'ਚ ਵਰਤਿਆ ਗਿਆ ਇਹ ਤਾਂ ਆਉਂਦੇ ਦਿਨਾਂ ਦੇ ਵਿੱਚ ਕਾਨੂੰਨੀ ਚਾਰਾਜੋਈ ਤੋਂ ਬਾਅਦ ਸਾਫ਼ ਹੋਏਗਾ ਪਰ ਇਹਦੇ ਤੇ ਸਿਆਸਤ ਬਹੁਤ ਹੋ ਰਹੀ ਹੈ ਹੁਣ ਉੱਥੋਂ ਦੇ ਸਰਪੰਚ ਨੇ ਜਿਹੜੇ ਸਰਪੰਚ ਦੇ ਪੁੱਤਰ ਨੇ ਜਿਹੜੇ ਉਹਨਾਂ ਨੂੰ ਮਿਲਣ ਦੇ ਲਈ ਸਿਮਰਨਜੀਤ ਸਿੰਘ ਮਾਨ ਜਿਹੜੇ ਕਿ ਮੈਂਬਰ ਪਾਰਲੀਮੈਂਟ ਨੇ ਉਹ ਉੱਚੇਚੇ ਤੌਰ ਤੇ ਪਹੁੰਚੇ ਸਿਮਰਨਜੀਤ ਸਿੰਘ ਮਾਨ ਔਰ ਸਰਪੰਚ ਦੇ ਪੁੱਤਰ ਔਰ ਉੱਥੋਂ ਦੇ ਕਈ ਲੋਕ ਉਹ ਕਹਿੰਦੇ ਜਿਸ ਤਰ੍ਹਾਂ ਦੀ ਭਾਸ਼ਾ ਉਗੋਕੇ ਸਾਹਿਬ ਨੇ ਵਰਤੀ ਹੈ ਉਹਨਾਂ ਤੇ ਕਾਨੂੰਨੀ ਕਾਰਵਾਈ ਹੋਣੀ ਚਾਹੀਦੀ ਹੈ ਅਗੋਕੇ ਸਾਹਿਬ ਕਹਿੰਦੇ ਕਿ ਸਰਕਾਰੀ ਕੰਮ ਵਿੱਚ ਜਾਣਬੁੱਝ ਕੇ ਰੁਕਾਵਟ ਦਿੱਕਤ ਦਿੱਤੀ ਜਾ ਰਹੀ ਸੀ ਔਰ ਜੁਗ ਜੁ ਉਹਨਾਂ ਨੇ ਕਿਹਾ ਉਹਦੇ ਕਹਿਣ ਦਾ ਭਾਅ ਵੀ ਨਹੀਂ ਸੀ ਉਹ ਇੱਕ ਟਕਰਾਅ ਤੇ ਬਹਿਸਬਾਜ਼ੀ ਸੀ ਉੱਥੇ ਸਰਪੰਚ ਦੇ ਪੁੱਤਰ ਚ ਔਰ ਅਗੋਕੇ ਜਿਹੜਾ ਐਮਐਲਏ ਨੌਜਵਾਨ ਐਮਐਲਏ ਹੈ ਅਗੋਕੇ ਔਰ ਚਰਨਜੀਤ ਸਿੰਘ ਚੰਨੀ ਉਹਨਾਂ ਨੂੰ ਵੀ ਅਗੋਕੇ ਨੇ ਹਰਾਇਆ ਸੀ ਸੋ ਸਾਨੂੰ ਪਤਾ ਹੈ ਕਿ ਇੱਕ ਬਹੁਤ ਹੀ ਸਾਦੇ ਪਰਿਵਾਰ ਦੇ ਵਿੱਚੋਂ ਅਗੋਕੇ ਆਉਂਦੇ ਨੇ ਪਰ ਇਹ ਟਕਰਾਅ ਬਹੁਤ ਵੱਧ ਗਿਆ ਪਿੰਡ ਦਾ ਇਹ ਮਹਿਲਾ ਕਲੀਨਿਕ ਦੇ ਡਿਸਪੈਂਸਰੀ ਔਰ ਮਹੱਲਾ ਕਲੀਨਿਕ ਦੀ ਦੀ ਜਿਹੜੀ ਬਣਤਰ ਸੀ ਉਹਨੂੰ ਲੈ ਕੇ ਇਹ ਟਕਰਾਅ ਸੀ ਔਰ ਸਿਮਰਜੀਤ ਸਿੰਘ ਮਾਨ ਪਿੰਡ ਚ ਘੇੜਾ ਵੀ ਕੱਢ ਕੇ ਗਏ ਨੇ ਸਮਾਗਮ ਚ ਵੀ ਉਹਨਾਂ ਨੇ ਹਿੱਸਾ ਲਿਆ ਸਰਪੰਚ ਦਾ ਪੁੱਤ ਵੀ ਉੱਥੇ ਮੌਜੂਦ ਸੀ ਔਰ ਸਿਮਰਜੀਤ ਸਿੰਘ ਮਾਨ ਨੇ ਨਖੇਦੀ ਕੀਤੀ ਆਮ ਆਦਮੀ ਪਾਰਟੀ ਦੇ ਐਮਐਲਏ ਦੇ ਆਚਰਣ ਦੀ ਔਰ ਹਾਲਾਂਕਿ ਆਮ ਆਦਮੀ ਪਾਰਟੀ ਦੇ ਜਿਹੜੇ ਐਮਐਲਏ ਆ ਉਹ ਕਹਿ ਰਹੇ ਨੇ ਕਿ ਮੈਂ ਪਾਕ ਸਾਫ ਆ ਦੂਸਰੀ ਢੇਰ ਵੱਲੋਂ ਸਹੀ ਆਪਣੀ ਤਾਕਤ ਦੀ ਵਰਤੋਂ ਨਹੀਂ ਸੀ ਕੀਤੀ ਜਾ ਰਹੀ ਔਰ ਅਰਚਣ ਪਾਈ ਜਾ ਰਹੀ ਸੀ ਸਰਕਾਰੀ ਕੰਮ 'ਚ ਉਹਨਾਂ ਨੇ ਕੁਝ ਇਸ ਤਰ੍ਹਾਂ ਦਾ ਬਿਆਨ ਹੈ ਜਿਹੜਾ ਉਹਦੀ ਮੈਂ ਭਾਵ ਘੱਟ ਕੇ ਦੱਸਿਆ ਪਰ ਆਉਂਦੇ ਦਿਨਾਂ 'ਚ ਇਹ ਮਾਮਲਾ ਕਾਫੀ ਜ਼ਿਆਦਾ ਪੱਕ ਸਕਦਾ ਮੈਂ ਉੰਜ ਸੋਸ਼ਲ ਮੀਡੀਆ ਔਰ ਟੈਲੀਵਿਜ਼ਨ ਚੈਨਲ ਦੇਖ ਰਿਹਾ ਸੀ ਉਹਦੇ ਵਿੱਚ ਕਈ ਸ਼ਬਦ ਵਾਰ-ਵਾਰ ਵਰਤੇ ਜਾ ਰਹੇ ਸੀ ਸੋ ਉੰਜ ਮੈਂ ਹਰਜੋਜੀ ਇੱਕ ਗੱਲ ਕਰਾਂ ਪੰਜਾਬ ਦੀ ਸਿਆਸਤ 'ਚ ਲਫੇੜਾ ਚਰਚਿਤ ਬਹੁਤ ਰਹਿੰਦਾ ਹੈ ਅਕਾਲੀ ਦਲ ਦੇ ਰਾਜ ਵੇਲੇ ਵੀ ਸਾਨੂੰ ਯਾਦ ਹੈ ਕਿਵੇਂ ਇੱਕ ਥੱਪੜ ਹੋਇਆ ਸੀ ਥੱਪੜकांड ਹੋਇਆ ਸੀ ਉਹ ਕਾਫੀ ਜ਼ਿਆਦਾ ਚਰਚਿਤ ਰਿਹਾ ਸੀ ਤੇ ਹੁਣ ਇਹ ਲਫੇੜਾ ਬਿਆਨ ਹੈ ਇਹ ਕਿਸ ਰੂਪ ਚ ਹੈ ਇਹ ਖੂਬ ਚਰਚੇ ਚ ਹੈ ਸਾਰੇ ਆਪਣੇ ਆਪਣੇ ਹਿਸਾਬ ਦੇ ਨਾਲ ਇਹਦਾ ਮਤਲਬ ਕੱਢ ਰਹੇ ਨੇ ਹਾਲਾਂਕਿ ਉਹ ਗੋਕੇ ਨੇ ਕਿਹਾ ਕਿ ਉਹਨਾਂ ਦਾ ਜਿਹੜਾ ਬਿਆਨ ਹੈ ਉਹਨੂੰ ਗਲਤ ਤਰੀਕੇ ਦੇ ਨਾਲ ਉਹਦੇ ਅਰਥ ਕੱਢੇ ਜਾ ਰਹੇ ਨੇ ਉਹਨਾਂ ਨੇ ਇਸ ਤਰੀਕੇ ਨਾਲ ਨਹੀਂ ਸੀ ਕਿਹਾ ਜਿਵੇਂ ਸਰਪੰਚ ਦਾ ਪੁੱਤਰ ਜਾਂ ਵਿਰੋਧੀ ਇਲਜ਼ਾਮ ਲਾ ਰਹੇ ਨੇ ਸੋ ਦੋਨੇ ਤਰ੍ਹਾਂ ਆਪਣੀਆਂ ਆਪਣੀਆਂ ਆਪਣਾ ਆਪਣਾ ਪੱਖ ਰੱਖ ਰਹੀਆਂ ਨੇ ਪਰ ਲਫੇੜਾ ਹੋ ਗਿਆ ਜਾਂ ਥੱਪੜ ਜਾਂ ਚਪੇੜ ਇਹਦੀ ਬਹੁਤ ਵੱਡੀ ਪੰਜਾਬ ਦੀ ਜਿਹੜੀ ਸਿਆਸਤ ਹੈ ਉਹਦੇ ਵਿੱਚ ਇਹ ਇਹਨਾਂ ਸ਼ਬਦਾਂ ਦਾ ਜ਼ਿਕਰ ਆਉਂਦਾ ਰਹਿੰਦਾ ਹੈ ਕਿਸੇ ਨਾ ਕਿਸੇ ਰੂਪ ਦੇ ਵਿੱਚ ਬਾਕੀ ਵੇਖਨੇ ਆ ਹੁਣੇ ਮਾਮਲਾ ਅਦਾਲਤਾਂ ਚ ਜਾਂਦਾ ਹੈ ਥਾਣਿਆਂ ਚ ਜਾਂਦਾ ਹੈ ਇਹਨਾਂ ਮਾਮਲਿਆਂ ਦੇ ਵਿੱਚ ਕੀ ਬਣਦਾ ਪਰ ਇਹਨਾਂ ਮਾਮਲਿਆਂ ਤੇ ਸਿਆਸਤ ਬਹੁਤ ਜ਼ਿਆਦਾ ਖਰਜੋਜੀ ਹੋ ਰਹੀ ਹੈ ਦੇਖੋ ਅੱਜ ਬਠਿੰਡਾ ਦੇ SLABATPUR ਡੇਰੇ ਵਿਖੇ SLABATPUR ਡੇਰੇ ਚ ਗੁਰਮੀਤ ਰਾਮ ਰਹੀਮ ਦਾ ਡੇਰਾ ਸਿਰਸਾ ਮੁਖੀ ਦਾ ਆਨਲਾਈਨ ਸਮਾਗਮ ਹੈ ਪਿਛਲੀ ਵਾਰੀ ਵੀ ਜਦੋਂ ਗੁਰਮੀਤ ਰਾਮ ਰਹੀਮ ਹੁਨੀ ਪਰੋਲ ਤੇ ਆਏ ਸੀ ਤੇ ਉਹਨਾਂ ਨੇ ਉੱਤਰ ਪ੍ਰਦੇਸ਼ ਤੋਂ ਜਿਹੜਾ ਉੱਥੇ ਬਾਗਪਤ ਦਾ ਬਾਗਪਤ ਦਾ ਆਸ਼ਰਮ ਹੈ ਉੱਥੋਂ ਉਹਨਾਂ ਨੇ ਆਨਲਾਈਨ ਸਮਾਗਮ ਕੀਤੇ ਸੀ ਉਦੋਂ ਉਹਨਾਂ ਨੇ ਇੱਕ ਗਾਣਾ ਵੀ ਉੱਥੇ ਧਾਰਮਿਕ ਰਿਲੀਜ਼ ਕੀਤਾ ਸੀ ਜਿਹਦੇ ਮਿਲੀਅਨਸ ਦੇ ਵਿੱਚ ਵਿਊ ਬਣੇ ਸੀ ਉੰਜ ਡੇਰਾ ਸਿਰਸਾ ਮੁਖੀ ਦਾ ਜਿਹੜਾ ਆਨਲਾਈਨ ਸਮਾਗਮ ਹੈ ਉਹਨੂੰ ਬਹੁਤ ਵੱਡੀ ਗਿਣਤੀ ਚ ਆਨਲਾਈਨ ਲੋਕ ਦੇਖਦੇ ਨੇ ਜਿਹੜੇ ਡੇਰਾ ਸਿਰਸਾ ਮੁਖੀ ਨਾਲ ਜੁੜੇ ਹੋਏ ਲੋਕ ਨੇ ਡੇਰਾ ਪ੍ਰੇਮੀ ਨੇ ਉਹ ਇਹਨਾਂ ਆਨਲਾਈਨ ਸਮਾਗਮਾਂ ਨੂੰ ਦੇਖਦੇ ਨੇ ਹੁਣ ਉਹਨਾਂ ਨੇ ਕਿਉਂਕਿ ਉਹ ਦੁਬਾਰਾ 40 ਦਿਨ ਦੀ ਪੈਰੋਲ ਤੇ ਆਏ ਹੋਏ ਨੇ ਯੂਪੀ ਦੇ ਵਿੱਚ ਹੀ ਨੇ ਹੁਣ ਇੱਕ ਵਾਰੀ ਫੇਰ ਉਹ ਵਰਚੁਅਲ ਆਨਲਾਈਨ ਸਮਾਗਮ ਕਰਨਗੇ ਧਾਰਮਿਕ ਸਮਾਗਮ ਹੁਣ ਸਿਰਸਾ ਚ ਕਰ ਚੁੱਕੇ ਨੇ ਪਹਿਲਾਂ ਚਰਚਾ ਹੈ ਸਿਰਸਾ ਦੇ ਆਨਲਾਈਨ ਸਮਾਗਮ ਦੀ ਵੀ ਉਹ ਅੱਜ ਬਠਿੰਡੇ ਦੇ ਵਿੱਚ ਹੈ ਔਰ ਇਸ ਸਮਾਗਮ ਨੂੰ ਲੈ ਕੇ ਪੰਜਾਬ ਦੇ ਵਿੱਚ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਨੇ ਸਭ ਤੋਂ ਪਹਿਲਾਂ ਵੱਡਾ ਇਤਰਾਜ਼ ਜਤਾਇਆ ਉਹਨਾਂ ਨੇ ਕਿਹਾ ਕਿ ਇਹ ਸਮਾਗਮ ਨਹੀਂ ਹੋਣਾ ਚਾਹੀਦਾ ਉਹਨਾਂ ਨੇ ਵੀ ਕਿਹਾ ਕਿ ਉਹ ਗੁਰਮੀਤ ਰਾਮ ਰਹੀਮ ਡੇਰਾ ਸਿਰਸਾ ਮੁਖੀ ਦੀ ਜਿਹੜੀ ਦੀ ਜਿਹੜੀ ਪੈਰੋਲ ਹੈ ਉਹਦੇ ਖਿਲਾਫ ਪੰਜਾਬ ਤੇ ਹਰਿਆਣਾ ਹਾਈ ਕੋਰਟ ਦਾ ਰੁਖ ਕਰਨਗੇ ਉਧਰ ਪੰਜਾਬ ਦੇ ਜਿਹੜੇ ਸਾਬਕਾ ਮੰਤਰੀ ਨੇ ਡਿਪਟੀ ਮੰਤ ਡਿਪਟੀ ਮੁੱਖ ਮੰਤਰੀ ਪੰਜਾਬ ਦੇ ਸੁਖਜਿੰਦਰ ਰੰਧਾਵਾ ਉਹਨਾਂ ਨੇ ਵੀ ਬੜਾ ਇਹਦੇ ਤੇ ਬਿਆਨ ਦਿੱਤਾ ਹੈ ਉਹਨਾਂ ਨੇ ਕਿਹਾ ਕਿ ਸਰਕਾਰ ਨੂੰ ਇਸ ਪਾਸੇ ਨਜ਼ਰਸਾਨੀ ਕਰਨੀ ਚਾਹੀਦੀ ਹੈ ਹਾਲਾਂਕਿ ਉਹਨਾਂ ਨੇ ਤਾਂ ਇਹ ਵੀ ਕਿਹਾ ਕਿ ਪੰਜਾਬ ਦੇ ਵਿੱਚ ਇੱਕ ਟੈਲੀਵਿਜ਼ਨ ਚੈਨਲ ਤੇ ਉਹਨਾਂ ਨੇ ਬੋਲਿਆ ਉਹਨਾਂ ਦੇ ਕਹਿਣ ਦਾ ਭਾਵ ਇਹ ਕੱਢਿਆ ਗਿਆ ਕਿ ਸਰਕਾਰ ਲੋੜ ਪਵੇ ਤਾਂ ਸ਼ਕਤੀ ਕਰੇ ਕਰਫਿਊ ਲਾਏ ਸ਼ਕਤੀ ਤੋਂ ਭਾਵ ਕਰਫਿਊ ਲਾਏ ਸਮਾਗਮ ਨਾ ਹੋਣ ਦੇਵੇ ਇਹ ਸੁਖਜਿੰਦਰ ਰੰਧਾਵਾ ਨੇ ਇੱਕ ਟੈਲੀਵਿਜ਼ਨ ਚੈਨਲ ਦੇ ਉੱਤੇ ਬੋਲਿਆ ਸੋ ਮੈਨੂੰ ਲੱਗਦਾ ਹੈ ਕਿ ਆਮ ਆਦਮੀ ਪਾਰਟੀ ਵੱਲੋਂ ਜਿਹੜਾ ਪੱਕ ਆਇਆ ਆਮ ਆਦਮੀ ਪਾਰਟੀ ਨੇ ਕਿਹਾ ਹੈ ਕਿ ਕਿਤਨਾ ਕਿਤੇ ਭਾਰਤੀ ਜਨਤਾ ਪਾਰਟੀ ਸਿਆਸਤ ਕਰ ਰਹੀ ਹੈ ਔਰ ਜਿਹੜੀ ਬਾਰ-ਬਾਰ ਉਹਨਾਂ ਨੂੰ ਪੈਰੋਲ ਦਿੱਤੀ ਜਾ ਰਹੀ ਹੈ ਇਹ ਭਾਰਤੀ ਜਨਤਾ ਪਾਰਟੀ ਤੇ ਇਲਜ਼ਾਮ ਲੱਗਿਆ ਆਮ ਆਦਮੀ ਪਾਰਟੀ ਵੱਲੋਂ ਮਲਵਿੰਦਰ ਸਿੰਘ ਕੰਗ ਆਮ ਆਦਮੀ ਪਾਰਟੀ ਦੇ ਬੁਲਾਰੇ ਨੇ ਉਹ ਕਹਿੰਦੇ ਅਸੀਂ ਲੈਂਡ ਆਰਡਰ ਖਰਾਬ ਨਹੀਂ ਹੋਣ ਦੇਣਾ ਅਸੀਂ ਸਾਰੇ ਸामान्य ਆਮ ਹਾਲਾਤਾਂ ਦੇ ਵਿੱਚ ਅਸੀਂ ਸਾਰੇ ਪ੍ਰਬੰਧ ਕਰਨੇ ਨੇ ਕਿਸੇ ਤਰ੍ਹਾਂ ਦੀ ਜਿਹੜੀ ਜਿਹੜਾ ਲੈਂਡ ਆਰਡਰ ਹੈ ਅਸੀਂ ਕਿਸੇ ਨੂੰ ਵੀ ਆਪਣੇ ਹੱਥ ਦੇ ਵਿੱਚ ਨਹੀਂ ਲੈਣ ਦੇਣਾ ਉਹਨਾਂ ਨੇ ਇਸ ਤਰੀਕੇ ਦਾ ਜਿਹੜਾ ਤਰਕ ਹੈ ਉਹ ਦਿੱਤਾ ਹੈ ਬਾਕੀ ਵੇਖਦੇ ਹਾਂ ਇਸ ਆਨਲਾਈਨ ਸਮਾਗਮ ਦੇ ਵਿੱਚ ਕਿੰਨੇ ਕੁ ਲੋਕ ਉਹਨਾਂ ਦੇ ਨਾਲ ਲਾਈਵ ਜੁੜਦੇ ਨੇ ਔਰ ਇਹਦੇ ਉੱਪਰ ਆਉਂਦੇ ਦਿਨਾਂ ਦੇ ਵਿੱਚ ਸਿਆਸਤ ਕਿਵੇਂ پکਦੀ ਹੈ ਜਾਂ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਹਾਈ ਕੋਰਟ ਦੇ ਵਿੱਚ ਕਦੋਂ ਜਾਂਦੀ ਹੈ ਦੇਖੋ ਬਿੱਬੀ ਨਵਜੋਤ ਕੌਰ ਸਿੱਧੂ ਹੋਣੀ ਕਿਉਂਕਿ ਉਮੀਦ ਸੀ ਸਾਰਿਆਂ ਨੂੰ ਸੰਵਿਧਾਨ 'ਚ ਭਰੋਸਾ ਰੱਖਣ ਵਾਲੇ ਸਾਰੇ ਲੋਕਾਂ ਨੂੰ ਉਮੀਦ ਸੀ ਮੈਨੂੰ ਵੀ ਉਮੀਦ ਸੀ ਕਿ 26 ਜਨਵਰੀ ਨੂੰ ਨਵਜੋਤ ਸਿੰਘ ਸਿੱਧੂ ਖਰਾਂ ਨੂੰ ਰਿਹਾ ਕਰ ਦਿੱਤਾ ਜਾਏਗਾ ਪਰ ਅਜਿਹਾ ਨਹੀਂ ਹੋਇਆ ਇਹਦੇ ਪਿੱਛੇ ਕੌਣ ਦਬਾਅ ਦੇ ਵਿੱਚ ਆਇਆ ਕਿਉਂਕਿ ਚਰਚਾਵਾਂ ਇਹ ਨੇ ਕਿ ਕੇਂਦਰ ਸਰਕਾਰ ਵੱਲੋਂ ਲਗਭਗ ਆਪਣੇ ਪੱਧਰ ਤੇ ਕਿਸੇ ਤਰ੍ਹਾਂ ਦੀ ਰੋਕ ਟੋਕ ਨਹੀਂ ਕੀਤੀ ਗਈ ਔਰ ਮੈਰਿਟ ਦੇ ਆਧਾਰ ਦੇ ਉੱਤੇ ਸਾਰੀਆਂ ਗੱਲਾਂ ਅੱਗੇ ਵਧੀਆਂ ਹੁਣ ਪੰਜਾਬ ਸਰਕਾਰ ਵੱਲੋਂ ਵੀ ਜੇਲ੍ਹ ਵਿਭਾਗ ਵੱਲੋਂ ਜਿਹੜੀਆਂ ਵੈਰੀਫਿਕੇਸ਼ਨਾਂ ਹੋਈਆਂ ਨਵਜੋਤ ਸਿੰਘ ਸਿੱਧੂ ਸਣੇ ਹੋਰ 40 50 51 ਕੈਦੀਆਂ ਦੀਆਂ ਪੂਰੇ ਪੰਜਾਬ 'ਚ ਜਿਸ ਤਰ੍ਹਾਂ ਮੀਡੀਆ ਦੇ ਵਿੱਚ ਰਿਪੋਰਟਾਂ ਨੇ ਕਿਉਂਕਿ ਇਹਦੀ ਅਫੀਸ਼ੀਅਲ ਇਨਫੋਰਮੇਸ਼ਨ ਨਹੀਂ ਹੈ ਸੋ ਜੇਲ੍ਹ ਵਿਭਾਗ ਵੱਲੋਂ ਵੀ ਕਿਸੇ ਤਰ੍ਹਾਂ ਦਾ ਪੱਖਪਾਤ ਨਹੀਂ ਕੀਤਾ ਗਿਆ ਤੇ ਕਾਨੂੰਨੀ ਤੌਰ ਦੇ ਉੱਤੇ ਪੂਰੀ ਸਾਫਗੋਈ ਦੇ ਨਾਲ ਟਰਾਂਸਪੋਰਟ ਟਰਾਂਸਪਰੈਂਸੀ ਦੇ ਨਾਲ ਮਾਮਲੇ ਨੂੰ ਅੱਗੇ ਵਧਾਇਆ ਗਿਆ ਪਰ ਫਾਈਲ ਭਗਵੰਤ ਮਾਨ ਹੁਣਾਂ ਦੇ ਕਹਿੰਦੇ ਟੇਬਲ ਤੇ ਹੀ ਰਹੀ ਪਿਛਲੇ 1.5 ਮਹੀਨੇ ਤੋਂ ਇਸ ਤਰੀਕੇ ਦੀਆਂ ਚਰਚਾਵਾਂ ਨੇ ਹੁਣ ਭਗਵੰਤ ਮਾਨ ਉਹਨਾਂ ਦੀ ਕਿਹੜੀ ਮਜਬੂਰੀ ਹੈ ਤਾਂ ਭਗਵੰਤ ਮਾਨ ਹੀ ਦੱਸ ਸਕਦੇ ਨੇ ਪਰ ਆਸੇ ਕੀਤੀ ਜਾਂਦੀ ਸੀ ਕਿ ਭਗਵੰਤ ਮਾਨ ਬਹੁਤ ਹੀ ਇੱਕ ਨਿਰਪੱਖ ਮੁੱਖ ਮੰਤਰੀ ਨੇ ਹਰ ਜਾਇਜ਼ ਫਾਈਲ ਨੂੰ ਉਹ ਅੱਗੇ ਵਿਧਾਨ ਸਭਾ ਦੇ ਨੇ ਸਾਈਨ ਕਰਕੇ ਪਰ ਮਜਬੂਰੀ ਕੀ ਰਹੀ ਕਿ ਇਹਦੇ ਪਿੱਛੇ ਕੋਈ ਤਕਨੀਕੀ ਨੁਕਸ ਸੀ ਕੁਝ ਲੋਕ ਇਹ ਵੀ ਕਹਿ ਰਹੇ ਨੇ ਕਿ ਰਾਜਪਾਲ ਉਹਨਾਂ ਦੇ ਦਫ਼ਤਰ ਦੇ ਵਿੱਚ ਇਸ ਕਰਕੇ ਫਾਈਲ ਨਹੀਂ ਗਈ ਕਿਉਂਕਿ ਗਵਰਨਰ ਉਹਨਾਂ ਵੱਲੋਂ ਕਿਹਾ ਗਿਆ ਸੀ ਕਿ ਇੱਕ ਇੱਕ ਜਿਹੜਾ ਨਾਗਰਿਕ ਹੈ ਉਹਦੀ ਇੱਕ ਇੱਕ ਫਾਈਲ ਭੇਜੀ ਜਾਵੇ ਸੋ ਇਸ ਤਰੀਕੇ ਦੀਆਂ ਵੀ ਗੱਲਾਂ ਆ ਰਹੀਆਂ ਨੇ ਕਿ ਤਕਨੀਕੀ ਕਾਰਨਾ ਕਰਕੇ ਭਗਵੰਤਮਾਨ ਉਹਨਾਂ ਨੇ ਫਾਈਲ ਅੱਗੇ ਨਹੀਂ ਭੇਜੀ ਜਾਂ ਕੈਬਨਟ ਦੇ ਵਿੱਚ ਨਹੀਂ ਵਿਚਾਰੀ ਇਹਦਾ ਪਤਾ ਆਉਂਦੇ ਦਿਨਾਂ ਚ ਲੱਗੇਗਾ ਕਿਉਂਕਿ ਹੁਣ 3 ਫਰਵਰੀ ਨੂੰ ਕਹਿ ਰਹੇ ਨੇ ਕੈਬਨਟ ਮੀਟਿੰਗ ਹੈ ਕਿ ਉਸ ਦਿਨੇ ਫਾਈਲ ਨੂੰ ਵਿਚਾਰਦੇ ਨੇ ਪਰ ਨਵਜੋਤ कौर ਸਿੱਧੂ ਕਾਫੀ ਇਸ ਗੱਲ ਤੋਂ ਹੈਰਾਨ ਨੇ ਕਿ ਉਹਨਾਂ ਦੀ ਰਿਹਾਈ ਕਿਉਂ ਨਹੀਂ ਹੋਈ ਇਸੇ ਕਰਕੇ ਉਹਨਾਂ ਨੇ ਟਵੀਟ ਕੀਤਾ ਕੱਲ ਉਸ ਟਵੀਟ ਦੇ ਨਾਲ ਉਹਨਾਂ ਨੇ ਸਾਡੇ ਸਿਸਟਮ ਤੇ ਵਿਅੰਗ ਕੀਤਾ ਕਹਿੰਦੇ ਭਾਵੇਂ ਰੈਪਰੀ ਅਲੀਗੇਸ਼ਨ ਹੋਣ ਨਸ਼ਿਆਂ ਦੇ ਅਲੀਗੇਸ਼ਨ ਹੋਣ ਗੈਂਗਸਟਰਜ਼ ਹੋਣ ਜਾਂ ਹੋਰ ਲੋਕ ਹੋਣ ਕੋਈ ਕ੍ਰਿਮੀਨਲ ਨੇਚਰ ਦੇ ਲੋਕ ਹੋਣ ਜਾਂ ਸਜ਼ਾਜ਼ ਆਫਤਾ ਲੋਕ ਹੋਣ ਉਹਨਾਂ ਨੂੰ ਪੈਰੋਲ ਵੀ ਮਿਲ ਰਹੀ ਹੈ ਤੇ ਜ਼ਮਾਨਤਾ ਵੀ ਮਿਲ ਰਹੀਆਂ ਨੇ ਤੇ ਇੱਕ ਵਿਅਕਤੀ ਨਵਜੋਤ ਸਿੰਘ ਸਿੱਧੂ ਡਾਕਟਰ ਨਵਜੋਤ ਕੌਰ ਅੱਜ ਵੀ ਇਹ ਦਾਵਾ ਕਰ ਰਹੇ ਨੇ ਉਹਨਾਂ ਦਾ ਸਾਫ਼ ਕਹਿਣਾ ਹੈ ਕਿ ਨਵਜੋਤ ਸਿੰਘ ਸਿੱਧੂ ਭਾਵੇਂ ਸਜ਼ਾ ਕੱਟ ਰਹੇ ਨੇ ਪਰ ਉਹ ਬੇਕਸੂਰੇ ਨੇ ਸੋ ਉਹਨਾਂ ਨੇ ਆਪਣੀਆਂ ਭਾਵਨਾਵਾਂ ਦਾ ਪ੍ਰਗਟਾਵਾ ਕੀਤਾ ਪਰ ਕਹਿੰਦੇ ਪ੍ਰਕਿਰਿਆ ਤਹਿਤ ਕਾਨੂੰਨ ਤਹਿਤ ਜਦੋਂ 26 ਜਨਵਰੀ ਤੇ ਉਹਨਾਂ ਦੀ ਰਿਹਾਈ ਬਣਦੀ ਸੀ ਜਦੋਂ ਬਾਕੀਆਂ ਨੂੰ ਦੇਸ਼ 'ਚ ਬਹੁਤ ਸਾਰਿਆਂ ਨੂੰ ਮਿਲ ਗਈ ਤੇ ਉਦੋਂ ਉਹਨਾਂ ਨੂੰ ਰਿਹਾ ਕਰ ਦੇਣਾ ਚਾਹੀਦਾ ਸੀ ਉਹਨਾਂ ਨੂੰ ਰਿਹਾ ਨਾ ਕਰਨ ਦਾ ਮਤਲਬ ਇਹ ਹੈ ਕਿ ਇਹ ਇਨਜਸਟਿਸ ਹੈ ਕਿਤਨਾ ਕਿਤੇ ਨਾ ਇਨਸਾਫੀਆ ਸੋ ਉਹਨਾਂ ਨੇ ਵੀ ਆਪਣੀ ਗੱਲ ਹੈ ਜਿਹੜੀ ਆਪਣੀਆਂ ਭਾਵਨਾਵਾਂ ਨੇ ਜਿਹੜੀਆਂ ਹਰਜੋਜੀ ਇਸ ਰੂਪ ਦੇ ਵਿੱਚ ਰੱਖੀਆਂ ਉਂਝ ਮੈਂ ਵਕ ਵਕ ਸੋਸ਼ਲ ਮੀਡੀਆ ਦੇ ਗਰੁੱਪ 'ਚ ਵੀ ਦੇਖ ਰਿਹਾ ਹਾਂ ਕਿ ਨਵਜੋਤ ਸਿੰਘ ਸਿੱਧੂ ਦੇ ਸਮਰਥਨ ਚ ਬਹੁਤ ਵੱਡਾ ਹੜ ਉਹਨਾਂ ਦੇ ਚੋਣ ਵਾਲਿਆਂ ਦਾ ਆਇਆ ਪਿਆ ਪੰਜਾਬ ਚ ਥਾਂ ਥਾਂ ਤੇ ਨਵਜੋਤ ਸਿੰਘ ਸਿੱਧੂ ਉਹਨਾਂ ਦੇ ਹੋਲਡਿੰਗਸ ਲੱਗ ਰਹੇ ਨੇ ਬੋਰਡ ਲੱਗ ਰਹੇ ਨੇ ਉਹਨਾਂ ਦੇ ਜਿਹੜੇ ਉਹਨਾਂ ਦੇ ਚੋਣ ਵਾਲੇ ਨੇ ਆਪਣੀਆਂ ਕਾਰਾਂ ਪੇਂਟ ਕਰਾ ਰਹੇ ਨੇ ਨਵਜੋਤ ਸਿੰਘ ਸਿੱਧੂ ਦੀਆਂ ਫੋਟੋਆਂ ਦੇ ਨਾਲ ਸੋਸ਼ਲ ਮੀਡੀਆ ਦੇ ਉੱਤੇ ਕੋਈ ਡੀਪੀ ਲਾ ਰਿਹਾ ਕੋਈ ਵਟਸਐਪ ਦਾ ਸਟੇਟਸ ਪਾ ਰਿਹਾ ਨਵਜੋਤ ਸਿੰਘ ਸਿੱਧੂ ਤੇ ਤਰ੍ਹਾਂ ਤਰ੍ਹਾਂ ਦੇ ਜਿਹੜੇ ਉਤਸ਼ਾਹ ਵਰਧਨ ਪੰਜਾਬ ਦੇ ਹੱਕਾਂ ਨਾਲ ਜੁੜੇ ਗਾਣੇ ਬਣ ਰਹੇ ਨੇ ਸੋ ਮੈਨੂੰ ਲੱਗਦਾ ਨਵਜੋਤ ਸਿੰਘ ਸਿੱਧੂ ਇੱਕ ਵਾਰੀ ਫੇਰ ਪੰਜਾਬ ਦੇ ਲੋਕਾਂ ਦੇ ਮਸਲੇ ਆ ਕੇ ਚੱਕਣਗੇ ਇਸ ਗੱਲ ਦੀ ਆਸਵੰਦਨੇ ਪੰਜਾਬ ਦੇ ਲੋਕ ਔਰ ਇਸ ਵਾਰ ਮੈਂ ਫਰਕ ਦੇਖ ਰਿਹਾ ਹਜੋ ਜੀ ਕਿ ਨੌਜਵਾਨੀ ਦਾ ਝੁਕਾ ਨਵਜੋਤ ਸਿੰਘ ਸਿੱਧੂ ਹੁਣਾਂ ਵਾਲੇ ਪਾਸੇ ਬਹੁਤ ਜ਼ਿਆਦਾ ਆਇਆ ਕਿਉਂਕਿ ਜਿਸ ਤਰ੍ਹਾਂ ਦੇ ਹਾਲਾਤ ਸਾਡੇ ਸੂਬੇ ਦੇ ਬਣੇ ਨੇ ਸਾਡੀ ਨੌਜਵਾਨੀ ਇਹ ਮਹਿਸੂਸ ਕਰਨ ਲੱਗੀ ਕਿ ਇੱਕ ਅਜਿਹੇ ਵਿਜ਼ਨ ਵਾਲਾ ਲੀਡਰ ਪੰਜਾਬ ਨੂੰ ਚਾਹੀਦਾ ਹੈ ਜਿਹੜਾ ਘਟੋ ਘਟ ਡਿਲੀਵਰ ਕਰ ਸਕੇ ਜਿਹਦੇ ਕੋਲੇ ਤਾਕਤ ਹੋਵੇ ਨੀਤੀਆਂ ਬਣਾਉਣ ਦੀ ਤੇ ਉਹਨਾਂ ਨੂੰ ਐਗਜ਼ੀਕਿਊਟ ਕਰਾਉਣ ਦੀ ਸੋ ਇਸ ਕਰਕੇ ਨਵਜੋਤ ਸਿੰਘ ਸਿੱਧੂ ਕਾਫੀ ਹਰਮਨ ਪਿਆਰੇ ਵੀ ਹੋ ਰਹੇ ਨੇ ਔਰ ਨਵਜੋਤ ਸਿੰਘ ਸਿੱਧੂ ਹਰਮਨ ਪਿਆਰੇ ਤਾਂ ਪਹਿਲਾਂ ਹੀ ਸੀ ਪਰ ਚਰਚਾ ਚ ਬਹੁਤ ਜ਼ਿਆਦਾ ਹੋ ਰਹੇ ਨੇ ਔਰ ਪੰਜਾਬ ਦੇ ਪੋਲੀਟੀਕਲ ਮਾਹੌਲ ਨੂੰ ਇੱਕ ਵਾਰੀ ਫੇਰ ਜੇਲ੍ਹ ਦੇ ਵਿੱਚ ਬੈਠੇ ਹੀ ਨਵਜੋਤ ਸਿੰਘ ਸਿੱਧੂ ਪੰਜਾਬ ਦੇ ਪੋਲੀਟੀਕਲ ਮਾਹੌਲ ਨੂੰ ਇਨਫਲੂਐਂਸ ਕਰ ਰਹੇ ਨੇ ਕੌਮੀ ਮੀਡੀਆ ਹੋਵੇ ਜਾਂ ਸਟੇਟ ਦਾ ਮੀਡੀਆ ਹੋਵੇ ਹਰਜੋਤ ਜੀ ਆਪਾਂ ਦੇਖਦੇ ਹਾਂ ਲਗਾਤਾਰ ਨਵਜੋਤ ਸਿੰਘ ਸਿੱਧੂ ਦੇ ਸਬੰਧ ਦੇ ਵਿੱਚ ਖਬਰਾਂ ਚੱਲ ਰਹੀਆਂ ਨੇ ਅਗਰ ਉਹ ਰਿਹਾ ਹੋ ਕੇ ਆਉਂਦੇ ਨੇ ਕਦੋਂ ਆਉਂਦੇ ਨੇ ਅਗਰ ਆਉਂਦੇ ਨੇ ਤਾਂ ਜਲੰਧਰ ਦੀ ਜਿਮਨੀ ਚੋਣ ਤੇ ਕੀ ਅਸਰ ਪਏਗਾ 2024 ਦੀਆਂ ਚੋਣਾਂ ਤੇ ਕੀ ਅਸਰ ਪਏਗਾ ਕਾਂਗਰਸ ਦੀ ਸਿਆਸਤ ਤੇ ਕੀ ਅਸਰ ਪਏਗਾ ਹਾਲਾਂਕਿ ਕਾਂਗਰਸ ਦੇ ਵਿੱਚ ਇੱਕ ਛੋਟਾ ਜਿਹਾ ਧੜਾ ਅਜੇ ਹ ਵੀ ਹੈ ਜਿਹੜਾ ਨਵਜੋਤ ਸਿੰਘ ਸਿੱਧੂ ਦਾ ਵਿਰੋਧੀ ਹੈ ਪਰ ਮੇਰਾ ਹੀ ਮੰਨਣਾ ਹੈ ਕਿ ਉਹ ਬਹੁਤ ਮਹਾਨ ਪੁਰਸ਼ਾਂ ਦਾ ਧੜਾ ਹੈ ਸੋ ਉਹ ਜਿਹੜੇ ਮਹਾਨ ਪੁਰਸ਼ ਨੇ ਕਿਤਨਾ ਕਿਤੇ ਉਹ ਰਾਹੁਲ ਗਾਂਧੀ ਦੀ ਜਿਹੜੀ ਭਾਰਤ ਜੋੜੋ ਯਾਤਰਾ ਹੈ ਉਹਦੇ ਤੋਂ ਵੀ ਬੜੇ ਪ੍ਰੇਰਿਤ ਨੇ ਸੋ ਉਹਨਾਂ ਦੀ ਪੂਰੀ ਕੋਸ਼ਿਸ਼ ਹੈ ਕਿ ਅਸੀਂ ਜਿਹੜੀ ਰਾਹੁਲ ਗਾਂਧੀ ਦੀ ਭਾਰਤ ਜੋੜੋ ਯਾਤਰਾ ਹੈ ਉਹਦੇ ਤੋਂ ਜਿਹੜਾ ਅਸੀਂ ਸਬਕ ਲਿਆ ਹੈ ਅਸੀਂ ਉਹਨੂੰ ਲੋਕਾਂ ਦੇ ਵਿੱਚ ਲੈ ਕੇ ਜਾਈਏ ਇਸ ਕਰਕੇ ਜਿਹੜਾ ਉਹ ਇੱਕ ਧੜਾ ਉਹ ਆਪਣੇ ਤੌਰ ਤੇ ਜਿਹੜਾ ਮਹਾਨ ਪੁਰਸ਼ਾਂ ਦਾ ਧੜਾ ਹੈ ਉਹ ਆਪਣੇ ਤੌਰ ਤੇ ਨਵਜੋਤ ਸਿੰਘ ਸਿੱਧੂ ਦੇ ਬਾਰੇ ਆਪਣੀਆਂ ਟਿੱਪਣੀਆਂ ਕਰ ਰਹੇ ਨੇ ਸੋ ਉਹਨਾਂ ਦੀ ਆਪਣੀ ਸਮਝ ਹੈ ਪਰ ਇਸ ਵਕਤ ਸਭ ਤੋਂ ਜ਼ਿਆਦਾ ਜ਼ਰੂਰੀ ਇਹ ਹੈ ਉਹਨਾਂ ਮਹਾਨ ਪੁਰਸ਼ਾਂ ਦੇ ਲਈ ਵੀ ਕਿ ਪੰਜਾਬ ਦੇ ਮੁੱਦਿਆਂ ਤੇ ਲੜਾਈ ਆ ਜਿਹੜੀ ਸਭ ਤੋਂ ਪਹਿਲਾਂ ਲੜੀ ਜਾਵੇ ਨਵਜੋਤ ਸਿੰਘ ਸਿੱਧੂ ਤੇ ਜਾਂ ਬਾਕੀ ਲੀਡਰਾਂ ਤੇ ਜਿਹੜੀ ਟਿੱਪਣੀਆਂ ਉਹਦਾ ਵਕਤ ਨਹੀਂ ਹੈ ਕਿਉਂਕਿ ਵੇਲਾ ਇਸ ਵਕਤ ਪੰਜਾਬ ਦੇ ਮੁੱਦਿਆਂ ਦਾ 50 51 ਨਾਗਰਿਕ ਜਿਹੜੇ ਸਾਡੀਆਂ ਸਾਡੇ ਹਜੇ ਵੀ ਨਹੀਂ ਰਹਾ ਹੋ ਸਕੇ ਅਖਬਾਰ ਕਹਿੰਦੇ ਨੇ 50 51 ਦੀ ਸੂਚੀ ਹੈ ਤੇ ਇਹਦੇ ਨਾਲ ਨਾਲ ਜਿਹੜੇ ਬੰਦੀ ਸਿੰਘ ਨੇ ਬੰਦੀ ਸਿੰਘਾਂ ਦੀ ਰਿਹਾਈ ਲਈ ਜਿਹੜਾ ਮੋਰਚਾ ਚੱਲ ਰਿਹਾ ਸੋ ਉਸ ਪਾਸੇ ਧਿਆਨ ਦੇਣ ਦੀ ਤਾਕਤ ਦੇਣ ਦੀ ਲੋੜ ਹੈ ਤਾਂ ਕਿ ਜਿਹੜਾ ਕੌਮੀ ਇਨਸਾਫ ਮੋਰਚਾ ਹੈ ਉਹ ਹੋਰ ਤਕੜਾ ਹੋਵੇ ਔਰ ਬੰਦੀ ਸਿੰਘਾਂ ਦੀ ਰਿਹਾਈ ਵਾਲੇ ਪਾਸੇ ਜਿਹੜੀ ਗੱਲ ਹੈ ਉਹ ਅੱਗੇ ਵਧੇ ਇਹਦੇ ਨਾਲ ਨਾਲ ਮੈਂ ਹੋਰ ਵੀ ਗੱਲ ਕਰਨਾ ਚਾਹੂੰਗਾ ਯੋਗਰਾਜ ਸਿੰਘ ਨੇ ਸਾਨੂੰ ਪਤਾ ਹੈ ਯੁਵਰਾਜ ਸਿੰਘ ਦੇ ਪਿਤਾ ਜੀ ਨੇ ਫਿਲਮਾਂ ਦੇ ਕਲਾਕਾਰ ਵੀ ਨੇ ਔਰ ਨਵਜੋਤ ਸਿੰਘ ਸਿੱਧੂ ਤੇ ਸਬੰਧ ਦੇ ਵਿੱਚ ਟੈਲੀਵਿਜ਼ਨ ਕੱਲ ਖਬਰਾਂ ਦਿਖਾ ਰਹੇ ਸੀ ਯੋਗਰਾਜ ਗਿੱਲ ਉਹਨਾਂ ਦੇ ਨਾਲ ਜੁੜੀਆਂ ਹੋਈਆਂ ਜਿਹਦੇ ਵਿੱਚ ਜੋਗਰਾਜ ਗਿੱਲ ਹੋਣੀ ਕਹਿ ਰਹੇ ਸੀ ਕਿ ਉਹ ਮੁਲਾਕਾਤ ਨਹੀਂ ਕਰ ਪਾਈ ਨਵਜੋਤ ਸਿੰਘ ਸਿੱਧੂ ਨਾਲ ਸੋ ਉਹਨਾਂ ਨੇ ਮੁਲਾਕਾਤ ਕਰਨ ਦੀ ਕੋਸ਼ਿਸ਼ ਕੀਤੀ ਪਰ ਮੈਨੂੰ ਚੋਣਾਂ ਤੋਂ ਪਹਿਲਾਂ ਦਾ ਵੇਲਾ ਵੀ ਯਾਦ ਹੈ ਜਦੋਂ ਜੋਗਰਾਜ ਸਿੰਘ ਉਹਨਾਂ ਨੇ ਇੱਕ ਇੰਟਰਵਿਊ ਕੀਤੀ ਸੀ ਇੰਟਰਵਿਊ ਦਿੱਤੀ ਸੀ ਵੱਖ-ਵੱਖ ਟੈਲੀਵਿਜ਼ਨ ਚੈਨਲਾਂ ਨੂੰ ਸੋ ਜੋਗਰਾਜ ਸਿੰਘ ਨਵਜੋਤ ਸਿੰਘ ਸਿੱਧੂ ਉਹਨਾਂ ਦੇ ਕਿਸੇ ਸਮੇਂ ਬਹੁਤ ਨੇੜੇ ਰਹੇ ਜੋਗਰਾਜ ਸਿੰਘ ਚਰਨਜੀਤ ਚੰਨੀ ਉਹਨਾਂ ਦੇ ਨਾਲ ਵੀ ਸਾਨੂੰ ਅਕਸਰ ਦਿਖਾਈ ਦਿੱਤੇ ਪਿਛਲੀਆਂ ਵਿਧਾਨ ਸਭਾ ਚੋਣਾਂ ਤੋਂ ਪਹਿਲਾਂ ਸੋ ਇੱਕ ਵਾਰੀ ਫੇਰ ਉਹਨਾਂ ਦਾ ਬਿਆਨ ਹੈ ਜਿਹੜਾ ਕੱਲ ਮੈਂ ਟੈਲੀਵਿਜ਼ਨ ਦੇ ਉੱਤੇ ਦੇਖ ਰਿਹਾ ਸੀ ਜੋਗਰਾਜ ਸਿੰਘ ਉਹਨਾਂ ਦਾ ਸੋ ਵੇਖਦੇ ਹਾਂ ਕਿ ਕੀ ਜੋਗਰਾਜ ਸਿੰਘ ਆਉਂਦੇ ਦਿਨਾਂ ਦੇ ਵਿੱਚ ਕਿਸ ਤਰ੍ਹਾਂ ਦੀਆਂ ਆਪਣੀਆਂ ਗਤੀਵਿਧੀਆਂ ਜਾਂ ਆਪਣੀ ਸਰਗਰਮੀਆਂ ਜਿਹੜੀ ਉਹ ਜਗ ਜਾਹਰ ਕਰਦੇ ਨੇ ਉੰਜ ਬੀਤੇ ਦਿਨਾਂ ਦੇ ਵਿੱਚ ਜਿਹੜੇ ਕਰਿਕਟਰ ਸਚਿਨ ਤেন্ডुलकर ਨੇ ਉਹਨਾਂ ਦੇ ਪੁੱਤਰ ਦੀ ਟ੍ਰੇਨਿੰਗ ਨੂੰ ਲੈ ਕੇ ਵੀ ਉਹ ਖੂਬ ਚਰਚਾ ਦੇ ਵਿੱਚ ਸੁਰਖੀਆਂ ਦੇ ਵਿੱਚ ਰਹੇ ਨੇ ਸੋ ਜੋਗਰਾਜ ਸਿੰਘ ਕਈ ਵਾਰ ਵਾਕਵਾ ਕੁ ਮੁੱਦਿਆਂ ਦੇ ਉੱਤੇ ਆਪਣੀ ਬੇਵਾਕ ਟਿੱਪਣੀਆਂ ਜਿਹੜੀ ਉਹ ਦੇਣ ਲਈ ਵੀ ਜਾਣੇ ਜਾਂਦੇ ਨੇ ਪਰ ਮੈਨੂੰ ਇਹ ਲੱਗਦਾ ਕਿ ਆਉਂਦੇ ਦਿਨਾਂ ਦੇ ਵਿੱਚ ਨਵਜੋਤ ਸਿੰਘ ਸਿੱਧੂ ਦੀ ਰਿਹਾਈ ਔਰ ਪੰਜਾਬ ਦੀ ਪੋਲਿਟਿਕਸ ਦੀ ਤਬਦੀਲੀ ਔਰ 2024 ਤੋਂ ਪਹਿਲਾਂ ਕਾਂਗਰਸ ਦੇ ਵਿੱਚ ਕਿਸ ਤਰ੍ਹਾਂ ਦੀ ਜਿਹੜੀ ਜਿਹੜਾ ਸਿਆਸੀ ਬਦਲਾਅ ਹੁੰਦਾ ਹੈ ਕਾਂਗਰਸ ਦੀ ਦਿੱਖ ਦੇ ਵਿੱਚ ਔਰ ਕਾਂਗਰਸ ਦੇ ਜਿਹੜੇ ਲੀਡਰ ਨੇ ਉਹਨਾਂ ਦੇ ਵਿਚਰਣ ਦੇ ਵਿੱਚ ਔਰ ਕਾਂਗਰਸ ਦੀ ਅਸਲ ਵਿਚਾਰਧਾਰਾ ਨੂੰ ਲੈ ਕੇ ਉਹ ਕਿਵੇਂ ਅੱਗੇ ਵਧਦੇ ਨੇ ਇੱਕ ਵੱਖਰੀ ਤਰ੍ਹਾਂ ਦਾ ਪ੍ਰਦਰਸ਼ਨ ਤੇ ਮੁਕਾਬਲਾ ਵੀ ਸਾਨੂੰ ਵੇਖਣ ਨੂੰ ਮਿਲ ਸਕਦਾ ਹੈ ਉਧਰ ਨਵਜੋਤ ਸਿੰਘ ਸਿੱਧੂ ਦੇ ਬਹੁਤ ਸਾਰੇ ਅਜਿਹੇ ਸਾਥੀ ਜਿਹੜੇ ਪਾਰਟੀ ਬਾਜ਼ੀ ਤੋਂ ਉੱਪਰ ਉੱਠ ਕੇ ਅੱਗੇ ਵਧ ਰਹੇ ਨੇ ਜਿਵੇਂ ਹਲਕਾ ਇੰਚਾਰਜ ਨੇ ਉਹਨਾਂ ਦੇ ਅੰਮ੍ਰਿਤਸਰ ਤੋਂ ਵੀਰਕਾ ਸਾਹਿਬ ਔਰ ਇਹਦੇ ਨਾਲ ਨਾਲ ਹਰਵਿੰਦਰ ਸਿੰਘ ਲਾੜੀ ਜਿਹੜੇ ਸਾਨੂੰ ਪਤਾ ਹੈ ਬਠਿੰਡਾ ਤੋਂ ਹੋਲਡਿੰਗਸ ਕਾਫੀ ਜ਼ਿਆਦਾ ਚਰਚਿਤ ਨੇ ਜਿਹੜੇ ਉਹਨਾਂ ਨੇ ਲਗਾਏ ਨੇ ਇਸੇ ਤਰ੍ਹਾਂ ਪਟਿਆਲਾ ਤੋਂ ਵੀ ਕਈ ਨਵਜੋਤ ਸਿੰਘ ਸਿੱਧੂ ਉਹਨਾਂ ਦੇ ਨਾਲ ਜੁੜੇ ਹੋਏ ਨੌਜਵਾਨ ਲੀਡਰ ਨੇ ਪੰਜਾਬ ਦੇ ਕੱਲੇ-ਕੱਲੇ ਜ਼ਿਲ੍ਹੇ ਤੋਂ ਅੰਮ੍ਰਿਤਸਰ ਤੋਂ ਨੇ ਸੁਨੀਲ ਦਿੱਤੀ ਉਹ ਵੀ ਬਹੁਤ ਜ਼ਿਆਦਾ ਸਰਗਰਮ ਨੇ ਇਸ ਵਕਤ ਨਵਜੋਤ ਸਿੰਘ ਸਿੱਧੂ ਉਹਨਾਂ ਦੇ ਨਾਲ ਜੁੜੇ ਵੱਖ-ਵੱਖ ਜਿਹੜੇ ਜਿਹੜੇ ਉਹਨਾਂ ਦੇ ਸਮਰਥਕਾਂ ਨੂੰ ਨਾਲ ਲੈ ਕੇ ਚੱਲਣ ਦੇ ਵਿੱਚ ਉਹ ਆਪਣਾ ਯੋਗਦਾਨ ਪਾ ਰਹੇ ਨੇ ਔਰ ਨਵਜੋਤ ਸਿੰਘ ਸਿੱਧੂ ਦੇ ਆਉਣ ਤੋਂ ਪਹਿਲਾਂ ਲਗਾਤਾਰ ਪੋਲਿਟਿਕਲ ਮੈਦਾਨ ਜਿਹੜਾ ਪੰਜਾਬ ਚ ਬਣ ਰਿਹਾ ਉਹਦੇ ਚ ਬਹੁਤ ਸਾਰੇ ਲੀਡਰ ਨੇ ਸਾਬਕਾ ਵਿਧਾਇਕ ਨੇ ਕਮਾਲੂ ਸਾਹਿਬ ਸਾਬਕਾ ਵਿਧਾਇਕ ਨੇ ਪਰਮਲ ਸਿੰਘ ਸਾਬਕਾ ਵਿਧਾਇਕ ਨੇ ਮਨਜਿੰਦਰ ਸਿੰਘ ਮਾਨ ਸ਼ਾਇਆ ਸਾਹਿਬ ਨੇ ਮਾਨ ਸ਼ਾਇਆ ਸਾਹਿਬ ਨੇ ਔਰ ਜਿਨ੍ਹਾਂ ਨੂੰ ਕਾਂਗਰਸ ਪਾਰਟੀ ਨੇ ਵਖ ਕਰ ਦਿੱਤਾ ਸੀ ਟੀਮਾਨ ਪਰਿਵਾਰ ਸੁਰਜੀਤ ਟੀਮਾਨ ਔਰ ਉਹਨਾਂ ਦੇ ਪੁੱਤਰ ਉਹ ਵੀ ਕਾਫੀ ਜ਼ਿਆਦਾ ਸਰਗਰਮ ਨੇ ਸ਼ੋਹਰਜੋਤ ਜੀ ਸਾਰੇ ਲੋਕ ਕਾਫੀ ਜ਼ਿਆਦਾ ਸਰਗਰਮ ਨੇ ਔਰ ਸੋਸ਼ਲ ਮੀਡੀਆ ਦੀ ਟੀਮ ਵੀ ਮੈਂ ਦੇਖਿਆ ਨਵਜੋਤ ਸਿੰਘ ਸਿੱਧੂ ਨੂੰ ਜਿਹੜੇ ਚਾਹੁੰਦੇ ਨੇ ਨੌਜਵਾਨ ਬਹੁਤ ਸਾਰੇ ਸੋਸ਼ਲ ਮੀਡੀਆ ਦੇ ਗਰੁੱਪ ਬਣੇ ਹੋਏ ਨੇ ਸੋ ਉਹ ਸਾਰੇ ਵੀ ਲਗਾਤਾਰ ਨਵਜੋਤ ਸਿੰਘ ਸਿੱਧੂ ਨਾਲ ਜੁੜੀਆਂ ਖਬਰਾਂ ਤਸਵੀਰਾਂ ਉਹ ਮਿੰਟੋ ਮਿੰਟੀ ਵਾਇਰਲ ਕਰ ਦਿੰਦੇ ਨੇ ਸੋ ਇੱਕ ਮਾਹੌਲ ਜ਼ਮੀਨ ਤੇ ਸੋਸ਼ਲ ਮੀਡੀਆ ਤੇ ਨਵਜੋਤ ਸਿੰਘ ਸਿੱਧੂ ਦਾ ਸਾਨੂੰ ਬਣਦਾ ਨਜ਼ਰ ਆ ਰਿਹਾ ਜਿਸ ਤਰ੍ਹਾਂ ਨਾਲ ਉਹਨਾਂ ਦੇ ਆਉਣ ਦਾ ਇੰਤਜ਼ਾਰ ਪੰਜਾਬ ਦੇ ਵਿੱਚ ਲੋਕ ਨੇ ਜਿਹੜੇ ਉਹ ਕਰ ਰਹੇ ਨੇ ਜੀ ਜੀ ਬਿਲਕੁਲ ਸਹੀ ਕਹਿ ਤੁਸੀਂ ਸੋ ਡੱਲਾ ਜੀ ਫਿਲਹਾਲ ਖਬਰਾਂ ਤਾਂ ਹੋਰ ਵੀ ਸਨ ਜਿਸ ਉੱਪਰ ਤੁਹਾਡੇ ਤੋਂ ਜਾਣਕਾਰੀ ਲੈਣੀ ਸੀ ਪਰ ਸਮਾਂ ਹੋਰ ਇਜਾਜ਼ਤ ਨਹੀਂ ਦੇ ਰਿਹਾ ਚਲੋ ਅਗਲੇ ਪ੍ਰੋਗਰਾਮ ਵਿੱਚ ਵੀ ਆਪਾਂ ਹੋਰ ਖਬਰਾਂ ਆਇਆ ਸ਼ਾਮਿਲ ਜ਼ਰੂਰ ਕਰ ਲਵਾਂਗੇ ਤੁਹਾਡੀ ਤੁਹਾਡੀ ਸਾਰੀ ਇਹਨਾਂ ਸੇਵਾਵਾਂ ਦੇ ਲਈ ਕਿ ਤੁਸੀਂ ਪੂਰੀ ਖਬਰਾਂ ਦੀ ਪੜਤਾਲ ਕਰਕੇ ਪੂਰੀ ਜਾਣਕਾਰੀ ਦਰਸ਼ਕਾਂ ਨਾਲ ਸਾਂਝੀ ਕਰਦੇ ਹੋ ਤੁਹਾਡਾ ਬਹੁਤ ਬਹੁਤ ਧੰਨਵਾਦ ਹੈ ਉਹ ਸਭ ਦੇ ਲਈ ਦਰਸ਼ਕਾਂ ਦਾ ਵੀ ਧੰਨਵਾਦ ਹੈ ਜੀ ਜਿਹੜੇ ਹਮੇਸ਼ਾ ਹੀ ਪ੍ਰੋਗਰਾਮ ਦੇ ਨਾਲ ਜੁੜਦੇ ਨੇ ਤੇ ਆਪਣੇ ਸੁਝਾਅ ਆਪਣੇ ਵਿਚਾਰ ਸਾਡੇ ਨਾਲ ਸਮੇਂ-ਸਮੇਂ ਦੇ ਕਮੈਂਟਸ ਦੇ ਜ਼ਰੀਏ ਸਾਂਝੇ ਵੀ ਕਰਦੇ ਰਹਿੰਦੇ ਨੇ ਤੇ ਫਿਲਹਾਲ ਮੈਨ ਬਣੇ ਕੇ ਹਰਜੋਤ ਕੌਰ ਨੂੰ ਵੀ ਦਿਓ ਜੀ ਇਜਾਜ਼ਤ ਧੰਨਵਾਦ ਬਹੁਤ ਬਹੁਤ ਧੰਨਵਾਦ ਜੀ